ਤੁਹਾਡੇ ਸਾਹਮਣੇ ਪੁਲਿਸ ਹਿਰਾਸਤ 'ਚ ਮੂਲ ਕੋਈ ਖੜੇ ਪਤੀ ਪਤਨੀ ਤੇ ਉਹਨਾਂ ਦੇ ਸਾਥੀ ਨੇ ਤੇ ਇਹਨਾਂ ਦੇ ਕਾਰਨਾਮੇ ਹੈਰਾਨ ਕਰ ਦੇਣ ਵਾਲੇ ਨੇ ਜਿੱਥੇ ਜੋੜਾ ਪਹਿਲਾਂ ਸੰਗਰੂਰ ਦੇ ਪਿੰਡ 'ਚ ਕਿਰਾਏ ਤੇ ਰਹਿੰਦਾ ਸੀ ਇਹਨਾਂ ਨੇ ਆਪਣੇ ਨਾਮ ਬਦਲੇ ਹੋਏ ਸਨ ਤੇ ਉੱਥੇ ਗਵਾਂਢੀਆਂ ਨਾਲ ਕੁਝ ਝਗੜਾ ਹੋਇਆ ਤਾਂ ਇਸ ਪਤੀ ਪਤਨੀ ਨੇ ਬੰਦੂਕ ਕੱਢ ਕੇ ਤਾੜ ਤਾੜ ਆਪਣੇ ਗਵਾਂਢੀ ਤੇ ਫਾਇਰ ਕਰ ਦਿੱਤੇ ਅਤੇ ਮੌਕੇ ਤੋਂ ਫਰਾਰ ਹੋ ਗਏ ਫਰਾਰ ਹੋਣ ਲਈ ਵੀ ਇਹਨਾਂ ਨੇ ਬੰਦੂਕ ਦੀ ਨੋਕ ਤੇ ਕਿਸੇ ਦਾ ਮੋਟਰਸਾਈਕਲ ਖੋਇਆ ਤੇ ਫਿਰ ਜਦੋਂ ਇੱਕ ਰਾਤ ਪੁਲਿਸ ਨੇ ਇਹਨਾਂ ਨੂੰ ਫੜਨਾ ਚਾਹਿਆ ਤਾਂ ਇਹਨਾਂ ਸ਼ਾਤਰ ਲੋਕਾਂ ਨੇ ਪੁਲਿਸ ਕਰਮੀਆਂ ਤੇ ਹੀ ਗੋਲੀਆਂ ਚਲਾ ਦਿੱਤੀਆਂ ਤੇ ਫਰਾਰ ਹੋ ਗਏ ਜਿਸ ਤੋਂ ਬਾਅਦ ਹੁਣ ਕਿਤੇ ਜਾ ਕੇ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਹੈ ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਕਰਮਜੀਤ ਸਿੰਘ ਅਤੇ ਉਸਦੀ ਵਾਈਫ ਪ੍ਰਭਜੀਤ ਕੌਰ ਜਿਹੜੇ ਕਿ ਕੁਝ ਇੰਸੀਡੈਂਟਸ ਦੇ ਵਿੱਚ ਇਨਵੋਲਵ ਸੀਗੇ ਪਹਿਲਾਂ ਇਹ ਕਿਰਾਏ ਤੇ ਮਹਿਲਾ ਪਿੰਡ ਵਿੱਚ ਰਹਿੰਦੇ ਸੀ ਉੱਥੇ ਆਪਣੇ ਗਵਾਂਢੀ ਨਾਲ ਲੜਾਈ ਹੋਈ ਤਾਂ ਇਹਨਾਂ ਨੇ ਉਹਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਫਿਰ ਜਦੋਂ ਲੋਕ ਇਕੱਠੇ ਹੋਏ ਤਾਂ ਇਹ ਉੱਥੋਂ ਭੱਜ ਗਏ ਉਸ ਤੋਂ ਬਾਅਦ ਇਹ ਸੜਕ 'ਤੇ ਜਾ ਕੇ ਇੱਕ ਪਿਸਟਲ ਪੁਆਇੰਟ 'ਤੇ ਇਹਨਾਂ ਨੇ ਇੱਕ ਮੋਟਰਸਾਈਕਲ ਖੋਇਆ ਦੋਨਾਂ ਦੀ ਵੱਖਰੀ ਵੱਖਰੀ ਐੱਫ ਆਈ ਆਰ ਰਜਿਸਟਰਡ ਹੈ ਉਸ ਤੋਂ ਬਾਅਦ 7 ਤਰੀਕ ਨੂੰ ਇਹਨਾਂ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ ਜਦੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਹੁਣ ਰਾਤ ਨੂੰ ਇਹਨਾਂ ਤੋਂ ਜਿਹੜੇ 5 ਬੰਦੇ ਜਿਹੜੇ ਸਾਰੇ ਇੰਸੀਡੈਂਟਸ ਦੇ ਵਿੱਚ ਇਨਵੋਲਵ ਸੀਗੇ ਉਹਨਾਂ 'ਚੋਂ 3 ਜਿਹੜੇ ਸੀਗੇ ਉਹ ਅਰੈਸਟ ਕਰ ਲਏ ਗਏ ਨੇ ਅਤੇ 2 ਹਜੇ ਫੜਨੇ ਬਾਕੀ ਹੈ ਜਿਨ੍ਹਾਂ ਦੀ ਤਲਾਸ਼ ਚੱਲ ਰਹੀ ਹੈ ਉੱਥੇ ਇਹਨਾਂ ਆਰੋਪੀਆਂ ਨੇ ਕੈਮਰੇ ਦੇ ਸਾਹਮਣੇ ਆਪਣੇ ਗੁਨਾਹ ਕਬੂਲ ਵੀ ਕੀਤੇ ਕੋਈ ਨਹੀਂ ਅੱਜ ਸੇਫਟੀ ਲਈ ਰੱਖਿਆ ਹੋਇਆ ਸੀ ਪਹਿਲਾਂ ਮੈਂ ਸ਼ਰਾਬ ਵੇਚਦਾ ਸੀ ਉਹਦੇ ਕਰਕੇ ਲੱਗਦੀ ਸੀਗੀ ਉਹਦੇ ਕਰਕੇ ਸੇਫਟੀ ਲਈ ਰੱਖਿਆ ਹੋਇਆ ਸੀਗਾ ਮਤਲਬ ਲੜਾਈ ਹੋ ਗਈ ਤਾਂ ਸ਼ਰਾਬ ਪੀਤੀ ਜੀ ਮੈਂ ਫਾਇਰ ਕਰ ਕੀ ਕੁਛ ਕੀਤਾ ਸੀ ਕੀ ਕ੍ਰਾਈਮ ਕਰਿਆ ਫਾਇਰ ਕੀਤੇ ਆ ਜੀ ਅਤੇ ਅੱਗੇ ਭੱਜਣ ਲਈ ਕੋਈ ਵਹੀਕਲ ਹੈ ਨਹੀਂ ਸੀਗਾ ਜੀ ਮੋਟਰਸਾਈਕਲ ਖੋਲ੍ਹੇ ਰਿਵਾਲਵਰ ਕਿੱਥੋਂ ਲਿਆਉਂਦਾ ਸੀ ਰਿਵਾਲਵਰ MP 'ਚੋਂ ਲਿਆਉਂਦਾ ਸੀ ਜ਼ਿਕਰਯੋਗ ਹੈ ਕਿ ਇਹਨਾਂ ਭਗੌੜੇ ਹੋਏ ਪਤੀ ਪਤਨੀ ਅਤੇ ਇਹਨਾਂ ਦੇ ਸਾਥੀਆਂ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਪੁਲਿਸ ਨੂੰ ਹੋਰ ਮਾਮਲਿਆਂ 'ਚ ਵੀ ਇਹਨਾਂ ਦੀ ਤਲਾਸ਼ ਸੀ ਸੰਗਰੂਰ ਤੋਂ ਕੀਰਤੀ ਪਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕਰੋ 93978 93978